ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੇ ਵਿਸ਼ੇ ਦੇ ਵਿੱਚ ਅੱਜ ਦਾ ਵਿਸ਼ਾ ਹੈਗਾ ਜੀ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਮਾ ਪੰਜਾਬ ਦੀਆਂ ਜਿਹੜੀਆਂ ਲੋਕ ਕਲਾਮਾ ਨੇ ਸੀ ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਨੇ ਉਹਨਾਂ ਦੇ ਬਾਰੇ ਅੱਜ ਦਾ ਵਿਸ਼ਾ ਹੋਏਗਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਥਾੜੀ ਵਾਲ ਕਲਾਸਸ ਦੇ ਵਿੱਚ ਜੋ ਮਾਸਟਰ ਗ੍ਰੈਜੂਏਟ ਪੰਜਾਬੀ ਇਹ ਜੁਜਸੀ ਨਟ ਦੇ ਨਾਲ ਸੰਬੰਧਿਤ ਆਪਣੀਆਂ ਕਲਾਸਾਂ ਚੱਲ ਰਹੀਆਂ ਨੇ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਜਿਸ ਦਾ ਅਸੀਂ ਹੱਲ ਕਰ ਸਕਦੀਆਂ ਸੀ ਇਸ ਨੰਬਰ ਦੇ ਉੱਪਰ ਮੈਸੇਜ ਕਰਨਾ ਜੀ ਕੋਸ਼ਿਸ਼ ਕਰਾਂਗੇ ਜਿਹੜੀ ਤੁਹਾਡੀ ਸਮੱਸਿਆ ਹੈਗੀ ਆ ਜੀ ਸਟੱਡੀ ਦੇ ਨਾਲ ਸੰਬੰਧਤ ਉਹਨੂੰ ਹੱਲ ਕਰ ਸਕੀਂ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਵਾਂ ਦੀ ਗੱਲਬਾਤ ਕਰਦੇ ਆ ਤਾਂ ਇਹਨੂੰ ਲਿਖਿਆ ਜੀ ਡਾਕਟਰ ਕਿਰਪਾਲ ਸਿੰਘ ਖਜਾਕ ਜੀ ਯਾਰ ਕੋਈ ਸਵਾਲ ਆ ਜੀ ਲਿਖਣ ਨਾਲ ਸੰਬੰਧਤ ਤਾਂ ਉਹ ਯਾਦ ਰੱਖਣਾ ਜੀ ਲੋਕ ਕਲਾਵਾਂ ਕੀ ਨੇ ਜੀ ਉਹਨਾਂ ਦੀ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਨੇ ਇਹ ਕਲਾਵਾਂ ਕਿਸ ਤਰੀਕੇ ਨਾਲ ਵਿਕਾਸ ਕਰਦੀਆਂ ਨੇ ਜੀ ਉਹਨਾਂ ਦੀ ਗੱਲਬਾਤ ਕਰਾਂਗੇ ਲੋਕ ਕਲਾ ਦਾ ਜਨਮ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ ਅਤੇ ਸਾਦਗੀ ਕਲਾਤਮਕ ਗੁਣਾ ਦੇ ਨਾਲ ਹੋਇਆ ਸੀ ਕਲਾ ਕਲਾਮਾ ਕਲਾ ਦੇ ਨਾਲ ਸੰਬੰਧਿਤ ਨੇ ਲੋਕ ਕਲਾ ਆਦ ਮਨੁੱਖ ਤੋਂ ਲੈ ਕੇ ਜੀ ਮਨੁੱਖ ਦੀ ਮਾਨਸਿਕ ਤ੍ਰਿਪਤੀ ਦਾ ਸਾਧਨ ਵੀ ਨੇ ਭਾਵ ਕਿ ਪੁਰਾਣੇ ਸਮੇਂ ਤੋਂ ਜਦੋਂ ਮਨੁੱਖ ਦੀ ਸਟਾਰਟਿੰਗ ਹੋਈਗਾ ਉਦੋਂ ਤੋਂ ਹੀ ਇਹ ਕਲਾਮਾ ਨੇ ਜਨਮ ਲਿਆਗਾ ਲੋਕ ਕਲਾ ਪ੍ਰਚੀਨ ਪਰੰਪਰਾਗੀ ਜੇਕਰ ਆਪਾਂ ਲੋਕ ਕਲਾ ਦੀ ਗੱਲਬਾਤ ਦੇਖਦੇ ਹਾਂ ਇਤਿਹਾਸ ਤਾਂ ਪ੍ਰਚੀਨ ਬਹੁਤ ਹੀ ਜ਼ਿਆਦਾ ਹੈ ਪ੍ਰਚੀਨ ਸਿੰਧੂ ਘਾਟੀ ਦੀ ਖੁਦਾਈ ਦੇ ਵਿੱਚੋਂ ਮਿਲੀਆਂ ਮੂਰਤੀਆਂ ਇਹ ਗਹਿਣੇ ਠੀਕ ਕਰੀਆਂ ਮੋਹਰਾ ਤੇ ਜਿਹੜੇ ਆਪਾਂ ਨੂੰ ਚਿੱਤਰ ਮਿਲੇ ਨੇ ਅਸੀਂ ਉਕਰੇ ਹੋਏ ਮਿੱਟੀ ਦੇ ਭਾਂਡਿਆਂ ਦੇ ਉੱਪਰ ਦਿਖਦੇ ਆਂ ਚਿੱਤਰਕਾਰੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਉਹ ਸਾਰੇ ਨਮੂਨੇ ਨੇ ਅਸੀਂ ਨਾਚੀ ਦੀ ਜੋ ਮੂद्रा ਮਿਲੀ ਹੈ ਜੀ ਇਹ ਸਾਰਿਆਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆਂ ਕਿ ਲੋਕ ਕਲਾ ਮਾ ਦਾ ਉਦੋਂ ਵਿਕਾਸ ਪਹਿਲਾਂ ਵੀ ਹੋ ਚੁੱਕਿਆ ਸੀ ਕੱਜ ਮੂਰਤੀ ਜਿੱਥੇ ਪੰਜਾਬ ਦੇ ਪ੍ਰਚੀਨ ਲੋਕ ਕਲਾ ਨੂੰ ਪ੍ਰਗਟ ਕਰਦੀ ਹੈ ਉੱਥੇ ਪੰਜਾਬ ਦੀ ਲੋਕ ਕਲਾ ਨੂੰ ਕਲਾਤਮਕ ਵਿਰਸੇ ਦੇ ਨਾਲ ਜੋੜ ਕੇ ਵੇਖਦੇ ਹਾਂ ਅਜਿਹੀ ਕਲਾ ਜੀ ਜੋ ਕਿਸੇ ਸਮਾਨ ਪਰੰਪਰਾ ਵਾਲੇ ਸੱਭਿਆਚਾਰ ਮਨੁੱਖੀ ਸਮੂਹ ਦੀਆਂ ਮਾਨਸਿਕ ਭਾਵਨਾਵਾਂ ਨੂੰ ਪੇਸ਼ ਕਰਦੀ ਹੋਵੇ ਵਿਰਸੇ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਉਹਨੂੰ ਲੋਕ ਕਲਾ ਕਿਹਾ ਜਾਂਦਾ ਜੀ ਹੁਣ ਲੋਕ ਕਲਾ ਕਿਹਨੂੰ ਕਿਹਾ ਜਾਂਦਾ ਜੀ ਨੋਟ ਕਰ ਲਓ ਅਜਿਹੀ ਕਲਾ ਜੀ ਜਿਹੜੀ ਕਿਸੇ ਸਮਾਨ ਪਰੰਪਰਾ ਵਾਲੇ ਸੱਭਿਆਚਾਰ ਦੇ ਮਨੁੱਖੀ ਸਮੂਹਾਂ ਦੀਆਂ ਮਾਨਸਿਕ ਭਾਵਨਾਵਾਂ ਨੂੰ ਪੇਸ਼ ਕਰਦੀ ਹੈ ਜੀ ਵਿਰਸੇ ਦੇ ਵਿੱਚ ਪ੍ਰਾਪਤ ਹੁੰਦੀ ਹੈ ਹੁਣ ਲੋਕ ਕਲਾ ਕਿਹਾ ਜਾਂਦਾ ਇਹਦੇ ਵਿੱਚ ਕਿਹੜੇ-ਕਿਹੜੇ ਗੁਣ ਵੇਖਣ ਨੂੰ ਮਿਲਦੇ ਨੇ ਜੀ ਸਰਲਤਾ ਸਾਦਗੀ ਲੋਕ ਕਲਾ ਦਾ ਵਿਸ਼ੇਸ਼ ਗੁਣ ਹੁੰਦੇ ਨੇ ਜਿਸ ਦੇ ਕਰਕੇ ਹਰ ਕੋਈ ਉਹਦੇ ਨਾਲ ਅਟੈਚ ਹੋ ਜਾਂਦਾ ਪੰਜਾਬ ਦੀ ਲੋਕ ਕਲਾ ਭਾਵੇਂ ਕਿਸੇ ਅੰਤਰ ਇਹਦੇ ਵਿੱਚ ਪਰਵਰਤਨ ਆਉਂਦਾ ਰਿਹਾ ਪਰ ਫਿਰ ਵੀ ਇਹ ਸਦਾ ਹੀ ਸੰਵੇਦਨਸ਼ੀਲ ਰਹੀ ਹੈ ਸਾਦੀ ਰਹੀ ਹੈ ਤੇ ਮਾਨਵੀ ਮੁੱਲਾਂ ਵਾਲੀ ਰਹੀ ਹੈ ਨੋਟ ਕਰਨਾ ਸੀ ਲੋਕ ਕਲਾ ਅਤੇ ਸ਼ਾਸਤਰੀ ਕਲਾ ਦੇ ਵਿੱਚ ਕੁਝ ਚੀਜ਼ਾਂ ਦਾ ਅੰਤਰ ਨਖੇੜਾ ਆਪਾਂ ਗੱਲਬਾਤ ਕਰਦੇ ਹਾਂ ਜਿਵੇਂ ਜਿਵੇਂ ਲੋਕ ਕਲਾ ਵਿੱਚ ਨਖਾਰ ਆਉਂਦਾ ਹੈ ਜੀ ᱛਿਵੇਂ-ਤਿਵੇਂ ਕਲਾ ਦੇ ਨਿਜ਼ਮ ਵੀ ਉਸੇ ਤਰੀਕੇ ਨਾਲ ਹੋ ਜਾਂਦੀ ਹੈ ਕਲਾ ਦੇ ਨਿਜ਼ਮਾ ਦੇ ਵਿੱਚ ਉਹ ਪਰਿਵਰਤਨ ਆਉਂਦਾ ਜਾਂਦਾ ਹੈ ਇਸੇ ਤਰ੍ਹਾਂ ਜੀ ਕਲਾ ਦਾ ਲਿਖਤੀ ਸ਼ਾਸਤਰ ਬਣ ਜਾਂਦੇ ਆ ਬਹੁਤ ਸਾਰੀਆਂ ਕਲਾਵਾਂ ਦੇ ਬਣ ਗਏ ਆ ਤੇ ਉਹ ਕਲਾ ਦੇ ਸ਼ਾਸਤਰ ਨੂੰ ਕਲਾ ਸ਼ਾਸਤਰੀ ਕਲਾ ਦੇ ਨਾਲ ਵੇਖਿਆ ਜਾਂਦਾ ਜੀ ਉਹ ਲੋਕ ਕਲਾ ਨੂੰ ਸ਼ਾਸਤਰੀ ਕਲਾ ਦੇ ਘਰ ਵਿੱਚ ਚਲੀ ਜਾਂਦੀ ਹੈ ਇਹ ਕਲਾ ਭਾਵੇਂ ਕਿ ਨਾਚ ਹੋਣ ਜੀ ਚਾ ਚਿੱਤਰ ਹੋਣ ਕੋਈ ਵੀ ਕਲਾ ਦਾ ਰੂਪ ਹੋ ਸਕਦਾਗਾ ਸ਼ਾਸਤਰੀ ਕਲਾ ਵੱਜਵੇਂ ਨਿਜ਼ਮਾ ਵਾਲੀ ਹੁੰਦੀ ਹੈ ਜੀ ਜਿੱਥੇ ਲੋਕ ਕਲਾ ਦੇ ਨਿਯਮ ਲਸਕੀਲੇ ਹੁੰਦੇ ਆ ਇਥੇ ਨਿਯਮ ਜਿਹੜੇ ਸਖਤ ਹੁੰਦੇ ਆ ਫਿਰ ਵੀ ਲੋਕ ਕਲਾ ਸ਼ਾਸਤਰੀ ਕਲਾ ਦੇ ਵਿੱਚ ਸੋਜ ਦੀ ਤਾਂਗ ਵੇਖੀ ਜਾ ਸਕਦੀ ਹੈ ਮਨੋਰੰਜਨ ਜਿਹੇ ਗੁਣ ਹੁੰਦੇ ਨੇ ਜੀ ਦੋਨਾਂ ਕਲਾਵਾਂ ਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਕਲਾਵਾਂ ਸਿਰਜਕ ਇਸਤਰੀਆਂ ਹੀ ਰਹਿਣੀਆਂ ਨੇ ਇਸਤਰੀਆਂ ਦੇ ਦੁਆਰਾ ਲੋਕ ਕਲਾਵਾਂ ਨੂੰ ਸਿਰਜਿਆ ਗਿਆਗਾ ਇਸਤਰੀਆਂ ਮਨ ਕੋਮਲ ਹੁੰਦਾ ਜੀ ਉਹਨਾਂ ਦਾ ਜਿਸ ਕਰਕੇ ਸ਼ਾਇਦ ਇਸੇ ਕਾਰਨ ਹੀ ਪੰਜਾਬ ਦੀਆਂ ਲੋਕ ਕਲਾਵਾਂ ਦੇ ਵਿੱਚ ਮੰਗਲ ਪਾਵ ਸ਼ੁਭ ਕਰਨ ਦੀ ਜਿਹੜੀ ਕਾਮਨਾ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇਸੇ ਵਿੱਚ ਲੋਕਾਂ ਦੇ ਜੀਵਨ ਦੇ ਸੁਖਾਂਤਕ ਪਹਿਲੂ ਨੂੰ ਪੇਸ਼ ਕੀਤਾ ਜਾਂਦਾ ਹੈਗਾ ਲੋਕ ਕਲਾ ਪ੍ਰੇਮ ਭਾਵਨਾ ਵਾਲੀ ਹੈ ਤੇ ਅਡੰਬਰ ਤੋਂ ਮੁਕਤ ਹੈ ਖਾਸ ਤੌਰ ਤੇ ਨੋਟ ਕਰਿਓ ਲੋਕ ਕਲਾ ਦੀ ਖੂਬੀ ਖੂਬਸੂਰਤੀ ਵਿਸ਼ੇਸ਼ਤਾ ਕੀ ਦੇਖਦੇ ਹਾਂ ਅਸੀਂ ਲੋੜੀ ਦੀ ਸਮਗਰੀ ਆਪਣੇ ਸਗਿਰਦੇ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੀ ਹੈ ਬਾਹਰੋਂ ਜਾ ਕੇ ਖਰੀਦਣ ਦੀ ਲੋੜ ਨਹੀਂ ਪੈਂਦੀ ਕੇਪਾਵੇਂ ਬਾਗ ਹੋਵੇ ਫੁਲਕਾਰੀ ਹੋਵੇ ਪਾਂਡੇ ਰੱਖਣ ਵਾਲੀਆਂ ਚਾਏ ਟਾਟਾ ਹੋਣ ਜੀ ਜਿਹਨੂੰ ਪਰਸੱਤੀ ਬੋਲਦੇ ਆ ਜੀ ਕਈਆ ਟਾਟ ਵੀ ਬੋਲ ਦਿੰਦੇ ਆ ਟਾਂਡ ਢੰਡੋਲਿਆਂ ਦੀ ਗੱਲਬਾਤ ਕਰਦੇ ਆ ਪਢੋਲੀਆਂ ਚੁੱਲ੍ਹੇ ਚੌਂਕੇ ਕੰਦਾਂ ਦੀ ਮਿੱਟੀ ਦੇਖਦੇ ਆ ਜੀ ਕੰਦਾਂ ਦੇ ਉੱਪਰ ਮਿੱਟੀ ਲੱਗੀ ਹੁੰਦੀ ਸੀ ਪਾਂਡੂ ਮਿੱਟੀ ਦੀ ਗੱਲਬਾਤ ਕਰਦੇ ਆ ਨੀਲ ਚੂਨੇ ਹਰਮਸੀ ਹਲਦੀ ਕਾਲਖ ਪੀਲੀ ਮਿੱਟੀ ਦੇ ਘੋਲ ਨਾਲ ਅਨੇਕ ਪ੍ਰਕਾਰ ਦੇ ਨਮੂਨੇ ਬਣਾਏ ਜਾਂਦੇ ਸੀ ਇਹ ਇਹਨਾਂ ਦੇ ਨਾਲ ਸਾਂਝੀ ਮਾਈ ਅਤੇ ਅਹੋਈ ਦੇ ਚਿੱਤਰ ਹੀ ਕਿਉਂ ਬਣਾਏ ਜਾਂਦੇ ਸਾਂਝੀ ਮਾਈ ਅਹੋਈ ਮਾਈ ਦੇ ਵੀ ਚਿੱਤਰ ਆਪਾਂ ਨੂੰ ਬਣਾਏ ਵੇਖਦੇ ਨੇ ਇਹਨਾਂ ਕਲਾਵਾਂ ਵਿੱਚ ਵਰਤੀ ਜਾਣ ਵਾਲੀ ਸਾਰੀ ਸਮਗਰੀ ਜੀ ਆਲੇ-ਦੁਆਲੇ ਦੇ ਵਿੱਚੋਂ ਸੌਖੇ ਤਰੀਕੇ ਨਾਲ ਪ੍ਰਾਪਤ ਹੋ ਜਾਂਦੀ ਹੈ ਪੰਜਾਬ ਦੇ ਲੋਕ ਕਲਾਵਾਂ ਕਈ ਪ੍ਰਕਾਰ ਦੀਆਂ ਨੇ ਜੀ ਆਪਾਂ ਉਹਨਾਂ ਦੀ ਗੱਲਬਾਤ ਕਰਦੇ ਹਾਂ ਜਿਵੇਂ ਪਾਣੀ ਵਿੱਚ ਗੋਈ ਗੁੰਨੀ ਹੋਈ ਮਿੱਟੀ ਨੂੰ ਆਪਾਂ ਦੇਖਦੇ ਹਾਂ ਬਰੀਕ ਤੂੜੀ ਦੇ ਨਾਲ ਰਲਾ ਕੇ ਉਟਿਆ ਪਾਵਕੰਦਾ ਪੜੋਲੇ ਪੜੋਲੀਆਂ ਜਾਂ ਹਾਰਿਆਂ ਦੇ ਉੱਪਰ ਬਣਾਏ ਗਏ ਉਬਰਮੇ ਚਿੱਤਰ ਇਹਦੀ ਪੇਸ਼ਕਾਰੀ ਕਰਦੀ ਹੈ ਜੀ ਵੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਚੀਜ਼ਾਂ ਬਣਾਈ ਜਾਂਦੀਆਂ ਇਹ ਵੇਖਣ ਵਾਲੇ ਨੂੰ ਭਾਵੇਂ ਕਿ ਸਾਦੇ ਬੇਡੌਲ ਲੱਗਦੇ ਨੇ ਪਰ ਲੋਕ ਕਲਾ ਦੇ ਪੱਖ ਤੋਂ ਦੇਖਦੇ ਆਂ ਪੀੜੀ ਦਰ ਪੀੜੀ ਇਸੇ ਪ੍ਰਕਾਰ ਹੀ ਇਹ ਉਚੇਜ ਇੱਕ ਦੂਜੇ ਤੋਂ ਸਿੱਖਦੇ ਨੇ ਇੱਕ ਦੂਜੇ ਤੋਂ ਸਿੱਖੇ ਜਾਂਦੇ ਨੇ ਇਸੇ ਲਈ ਇਹ ਚਿੱਤਰ ਜੀ ਅਚੇਤਮਾਨ ਦੀ ਸਿਰਜਣਾ ਹੁੰਦੇ ਨੇ ਨੋਟ ਕਰਨਾ ਹੈ ਅਚੇਤ ਮਨ ਦੀ ਸਿਰਜਣਾ ਕਿਹੜੇ ਚਿੱਤਰ ਹੁੰਦੇ ਨੇ ਪੰਜਾਬ ਦੀ ਲੋਕ ਕਲਾ ਵਿੱਚ ਬਾਗ ਅਤੇ ਫੁਲਕਾਰੀ ਦੀ ਕਢਾਈ ਦਾ ਵਿਸ਼ੇਸ਼ ਥਾਨ ਹੈ ਬਾਗ ਦੀ ਕਢਾਈ ਬਾਗ ਦੀ ਕਢਾਈ ਦੀ ਗੱਲਬਾਤ ਕਰੀਏ ਕਿਸ ਤਰੀਕੇ ਦੇ ਲੋਕ ਕਲਾ ਵਿੱਚ ਵਿਸ਼ੇਸ਼ ਥਾਨ ਰੱਖਿਆ ਗਿਆ ਰੰਗਾਈ ਕੀਤੇ ਖੱਦਰ ਦੇ ਕੱਪੜੇ ਉੱਪਰ ਚੌਰਸ ਤਿਕੋਣੇ ਛੇ ਕਲਿਏ ਅੱਠ ਕਲਿਏ ਚਾਹ ਚੌਪੜ ਦੇ ਖਾਨਿਆਂ ਵਾਲੇ ਨਮੂਨਿਆਂ ਨੂੰ ਇਸ ਤਰ੍ਹਾਂ ਬਿਉਂਤ ਕੇ ਜੀ ਰੰਗ ਬਰੰਗੇ ਧਾਗਿਆਂ ਦੇ ਨਾਲ ਕਢਾਈ ਕੀਤੀ ਜਾਂਦੀ ਹੈ ਕਿ ਕਪੜੇ ਦੀ ਕਢਾਈ ਤੋਂ ਬਿਨਾ ਜੀ ਖਾਲੀ ਥਾਂ ਨਹੀਂ ਰਹਿੰਦੀ ਨਹੀਂ ਦਿਸਦੀ ਤੇ ਕਢਾਈ ਲਈ ਗੂੜੇ ਰੰਗ ਰੇਸ਼ਮੀ ਧਾਗਾ ਵਰਤਿਆ ਜਾਂਦਾ ਜੀ ਨੋਟ ਕਰ ਲੈਣਾ ਜੀ ਬਾਗ ਦੀ ਕਢਾਈ ਕਿਸ ਤਰੀਕੇ ਨਾਲ ਹੁੰਦੀ ਹੈ ਜੀ ਖਾਦਰ ਦੇ ਕਪੜੇ ਉੱਪਰ ਹੁੰਦੀ ਹੈ ਕਿਹੜੇ-ਕਿਹੜੇ ਖਾਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਧਾਗੇ ਕਿਹੜੇ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਇਹ ਨੋਟ ਕਰ ਲਿਓ ਬਾਗ ਦੀ ਕਢਾਈ ਮੁਕੰਮਲ ਕਰਨ ਸਮੇਂ ਜੀ ਇੱਕ ਨੁੱਕਰ ਉਤੇ ਥੋੜੀ ਜਿਹੀ ਥਾਂ ਛੱਡ ਦਿੱਤੀ ਜਾਂਦੀ ਹੈ ਕਾਲੇ ਰੰਗ ਦੇ ਧਾਗੇ ਦੀ ਇੱਕ ਨਿੱਕੀ ਜਿਹੀ ਬੂਟੀ ਕੱਢੀ ਜਾਂਦੀ ਹੈ ਤਾਂ ਕਿ ਜੀ ਕਢਾਈ ਨਮੂਨੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਜੀ ਨੋਟ ਕਰ ਲੈਣਾ ਜੀ ਫੁਲਕਾਰੀ ਦੀ ਕਢਾਈ ਰਗਾਈ ਕੀਤੇ ਹੋਏ ਖਦਰ ਦੇ ਕੱਪੜੇ ਤੇ ਬੂਟੀਆਂ ਦੇ ਨਮੂਨੇ ਵਜੋਂ ਕੱਪੜੇ ਦੇ ਪੁੱਠੇ ਪਾਸਿਓਂ ਧਾਗਾ ਗਿਣ ਕੇ ਕੀਤੀ ਜਾਂਦੀ ਸੀ ਫੁਲਕਾਰੀ ਦੇ ਕਢਾਈ ਕਿਵੇਂ ਕੀਤੀ ਜਾਂਦੀ ਹੈ ਉਸ ਦੀ ਗੱਲਬਾਤ ਕਰਦੇ ਹਾਂ ਜੀ ਰਗਾਈ ਕੀਤੇ ਖਦਰ ਦੇ ਕੱਪੜੇ ਤੇ ਬੂਟੀਆਂ ਦੇ ਨਮੂਨੇ ਵਜੋਂ ਕੱਪੜੇ ਨੂੰ ਪੁੱਠੇ ਪਾਸਿਓਂ ਜੀ ਕੀਤੀ ਜਾਂਦੀ ਹੈ ਇਹ ਕਢਾਈ ਫੁਲਕਾਰੀ ਦਾ ਹੁਨਰ ਹੈ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਕਿਉਂਕਿ ਇਹ ਬੁੱਠੇ ਪਾਸ ਤੋਂ ਖੜਾਈ ਕੀਤੀ ਜਾਂਦੀ ਹੈ ਤਾਂ ਕਰਕੇ ਜੀ ਫੁਲਕਾਰੀ ਦੇ ਕਈ ਨਮੂਨੇ ਪ੍ਰਚਲਿਤ ਨੇ ਜਿਨ੍ਹਾਂ ਵਿੱਚ ਜੋ ਤਿਲ ਪੱਤਰਾ ਨੀਲਕ ਆਦ ਪ੍ਰਸਿੱਧ ਨੇ ਜੀ ਨੋਟ ਕਰ ਲਿਓ ਚੋਪ ਤੇ ਸੋਬਤ ਜਿਹੜੀਆਂ ਫੁਲਕਾਰੀਆਂ ਨੇ ਜੀ ਵਿਆਹ ਦੇ ਲਈ ਵਰਤੀਆਂ ਜਾਂਦੀਆਂ ਨੇ ਵਿਆਹ ਦੀਆਂ ਫੁਲਕਾਰੀਆਂ ਨੇ ਨੋਟ ਕਰਿਓ ਜੀ ਦੋਵੇਂ ਕਿਸਮ ਦੀਆਂ ਫੁਲਕਾਰੀਆਂ ਕੌਣ ਦਿੰਦੇ ਨੇ ਜੀ ਨਾਨਕੀ ਲੜਕੀ ਤੇ ਲਈ ਨਾਨਕ ਸ਼ੱਕ ਦੇ ਵਿੱਚ ਲੈ ਕੇ ਆਉਂਦੇ ਨੇ ਨਾਨਕ ਸ਼ਕ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਨੇ ਚੋਪ ਸੁਧਾਰਨ ਫੁਲਕਾਰੀ ਦੇ ਨਾਲ ਕੁਝ ਵੱਡੀ ਹੁੰਦੀ ਹੈ ਜਿਸ ਦੀ ਕਢਾਈ ਖਾਸ ਕਰਕੇ ਗੁੰਜਲਦਾਰ ਤੋਪੇ ਦੇ ਨਾਲ ਗੁੰਜਲਦਾਰ ਜਿਹੜੇ ਤੋਪੇ ਹੁੰਦੇ ਨੇ ਜੀ ਪਾਵ ਤੁਸੀਂ ਜਾਣਦੇ ਹੋ ਤੋਪਿਆਂ ਦੇ ਨਾਲ ਕੀਤੀ ਜਾਂਦੀ ਆ ਸੁੱਬਰ ਗੂੜੇ ਰੰਗ ਨਾਲ ਇਹ ਕਢਾਈ ਕੀਤੀ ਜਾਂਦੀ ਹੈ ਤੇ ਕੇਂਦਰ ਦੇ ਵਿੱਚ ਹੁੰਦੀ ਹੈ ਜੀ ਜਿਹਦੇ ਚਾਰੇ ਪਾਸੇ ਨੁਕਰਾਂ ਤੇ ਕਢਾਈ ਕੀਤੀ ਜਾਂਦੀ ਹੈ ਵਿਚਕਾਰ ਪੰਜ ਸੱਤ ਬੂਟੀਆਂ ਕਟੀਆਂ ਜਾਂਦੀਆਂ ਨੇ ਜੀ ਸੋਬਰ ਵਿਆਹ ਵਿੱਚ ਫੇਰਿਆਂ ਸਮੇ ਲਾੜੀ ਆਪਣੇ ਸਿਰ ਦੇ ਉੱਪਰ ਲੈਂਦੀ ਆ ਜੀ ਇਹ ਨੋਟ ਕਰ ਲੈਣਾ ਜੀ ਇਹ ਜਿਹੜੀ ਹੈਗੀ ਆ ਜੀ ਫੁਲਕਾਰੀ ਕਦੋਂ ਲਈ ਜਾਂਦੀ ਆ ਤਿਲ ਪੱਤਰਾ ਜੀ ਸਧਾਰਨ ਕਿਸਮ ਦੀ ਫੁਲਕਾਰੀ ਮੰਨੀ ਜਾਂਦੀ ਆ ਜੀ ਇਸ ਦੀ ਕਢਾਈ ਆਪਾਂ ਕੀ ਦੇਖਦੇ ਆ ਜੀ ਸਧਾਰਨ ਅਤੇ ਬਿਰਲੇ ਨਮੂਨਿਆਂ ਦੇ ਨਾਲ ਕਰਦੇ ਆ ਨੀਲਕਵੰਨ ਕੀ ਦੀ ਆਪਾਂ ਗੱਲਬਾਤ ਕਰੀਏ ਜੀ ਫੁਲਕਾਰੀ ਦੀ ਇਹ ਨੀਲੇ ਰੰਗ ਦੇ ਖੱਦਰ ਤੇ ਪੀਲੇ ਜਾਂ લાલ ਰੰਗ ਦੇ ਧਾਗੇ ਦੇ ਨਾਲ ਕਢਾਈ ਕੀਤੀ ਜਾਂਦੀ ਹੈ ਜੀ ਨੋਟ ਕਰ ਲਿਓ ਕਿਹੜੇ-ਕਿਹੜੇ ਧਾਗਿਆਂ ਨਾਲ ਇਹਦੀ ਕਢਾਈ ਕਰਦੇ ਹਾਂ ਅਸੀਂ ਕਿਹਦੇ ਵਿੱਚ ਨੀਲੇ ਰੰਗ ਦੀ ਭਾ ਮਾਰਨ ਕਾਰਨ ਇਸ ਦਾ ਨਾਮ ਕੀ ਪੈ ਜਾਂਦਾ ਨੀਲਕ ਇਸ ਤੋਂ ਇਲਾਵਾ ਜੀ ਸਮਾਸ ਫੁਲਕਾਰੀ ਜੀ ਆਪਾਂ ਗੱਲਬਾਤ ਕਰਦੇ ਹਾਂ ਸਮਾਸ ਜੋ ਫੁਲਕਾਰੀ ਆ ਜੀ ਉਹਦੀ ਗੱਲਬਾਤ ਕਰਦੇ ਹਾਂ কুরਤੀ ਦੇ ਆਪਾਂ ਵੇਖਦੇ ਹਾਂ ਜੀ ਜੋ ਸੀਸਿਆਂ ਦੇ ਟੁਕੜਿਆਂ ਦੇ ਨਾਲ ਕੀਤੀ ਜਾਂਦੀ ਆ ਸਮਾਸ ਫੁਲਕਾਰੀ ਦੀ ਗੱਲਬਾਤ ਕਰੀਏ ਜੀ ਜਿਹੜੇ ਕਿ ਸੀਸਿਆਂ ਦੇ ਟੁਕੜੇ ਲਾ ਕੇ ਉਹਦੀ ਕਢਾਈ ਕੀਤੀ ਜਾਂਦੀ ਆ ਖਾਸ ਤੌਰ ਤੇ ਜੀ কুরਤੀ ਦੀ ਫੁਲਕਾਰੀ ਦੀ ਕਢਾਈ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਜੀ ਕੁੰਗਟ ਬਾਗ ਵਿਸ਼ੇਸ਼ ਥਾਨ ਰੱਖਦਾ ਜੀ ਇਸ ਦੀ ਗੱਲਬਾਤ ਕਰੀਏ ਇਹਦੀ ਕਢਾਈ ਕਿਸ ਤਰੀਕੇ ਨਾਲ ਹੁੰਦੀ ਹੈ ਜੀ ਤਕੋਣੇ ਨਮੂਨੇ ਵਿੱਚ ਸਿਰ ਅਤੇ ਮੱਥੇ ਦੇ ਉੱਪਰ ਵਾਲੇ ਹਿੱਸੇ ਤੇ ਇਹਦੀ ਕਢਾਈ ਕੀਤੀ ਜਾਂਦੀ ਹੈ ਖਾਸ ਤੌਰ ਤੇ ਇਹਨੂੰ ਨੋਟ ਕਰਿਓ ਜੀ ਫੁਲਕਾਰੀ ਦੀ ਕਢਾਈ ਦੀਆਂ ਸਾਰੀਆਂ ਬਾਨੀਆਂ ਖਦਰ ਦੇ ਕੱਪੜੇ ਦੇ ਨਾਲ ਸਵੰਧ ਰੱਖਦੀਆਂ ਨੇ ਸਧਾਰਨ ਖਦਰ ਤੋਂ ਬਿਨਾਂ ਦੀ ਲਾਲ ਰੰਗ ਦਾ ਮਲਾਇਮ ਇਸਤੇਮਾਲ ਕਰਦੀਆਂ ਜੀ ਵਿਸ਼ੇਸ਼ ਤਰ੍ਹਾਂ ਦਾ ਕੱਪੜਾ ਜਿਸ ਨੂੰ ਸਧਾਰਨ ਖੱਦਰ ਤੋਂ ਬਨਾਜੀ ਲਾਲ ਰੰਗ ਦਾ ਤੇ ਮਲਾਇਮ ਜਿਸ ਨੂੰ ਹਲਵਾਨ ਕਿਹਾ ਜਾਂਦਾਗਾ ਜੀ ਕਢਾਈ ਸਮੇਂ ਰੰਗਦਾਰ ਰੇਸ਼ਮੀ ਧਾਗਾ ਵਰਤਿਆ ਜਾਂਦਾਗਾ ਜੀ ਜੋ ਕੇ ਸਮੇਂ ਵਿੱਚ ਫੁਲਕਾਰੀ ਦੀ ਕਢਾਈ ਕੱਪੜਿਆਂ ਦੀ ਬਣ ਗਈ ਵਿੱਚ ਕਾਫੀ ਤਬਦੀਲੀ ਆਈ ਹੈ ਬਾਗ ਫੁਲਕਾਰੀ ਲੋਕ ਕਲਾ ਤੋਂ ਇਲਾਵਾ ਜੀ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਕਈ ਹੋਰ ਬਣਗੀਆਂ ਵੀ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਵਿੱਚ ਦਰੀਆਂ ਨਾਲਿਆਂ ਨਵਾਰ ਦੀ ਆਪਾਂ ਗੱਲਬਾਤ ਕਰੀਏ ਖੇਸੀਆਂ ਦੀ ਬੁੰਤੀ ਮੁੱਖ ਤੌਰ ਤੇ ਵੇਖੀ ਜਾ ਸਕਦੀ ਹੈ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਜੀ ਇਸ ਤੋਂ ਇਲਾਵਾ ਹੋਰ ਬਣੀਆਂ ਜਾਂਦੀਆਂ ਦਰਿਆਵਾਂ ਨਾਲਿਆਂ ਦੀ ਨਵਾਰ ਦੀ ਖੇਸੀਆਂ ਦੀ ਬੁੰਤੀ ਦੀ ਇਹ ਵੀ ਜ਼ਿਕਰ ਮਿਲਦਾ ਆਪਾਂ ਨੂੰ ਦਰਿਆਾਂ ਤੇ ਨਵਾਰ ਦੀ ਗੱਲਬਾਤ ਕਰੀਏ ਇਸਤਰੀਆਂ ਅੱਡੇ ਬਣਾ ਕੇ ਬੁੰਦੀਆਂ ਸੀਆਂ ਜੀ ਖੇਸੀਆਂ ਖੱਡੀ ਤੋਂ ਬੁਣੀਆਂ ਜਾਂਦੀਆਂ ਸੀ ਖੱਡੀ ਦੇ ਰਾਹੀਂ ਬੁਣੀਆਂ ਜਾਂਦੀਆਂ ਸੀ ਨਾਲੇ ਛੋਟੇ ਅੱਡਿਆਂ ਦੇ ਕਾਨਿਆਂ ਦੇ ਨਾਲ ਬੁਣੇ ਜਾਂਦੇ ਸੀਗੇ ਜੀ ਤੇ ਨਾਲਿਆਂ ਦੀ ਬੁਣਤੀ ਦਰੀਆਂ ਦੀ ਬੁਣਤੀ ਵਿੱਚ ਪਾਏ ਅਨੇਕ ਤਰ੍ਹਾਂ ਦੇ ਰੰਗਦਾਰ ਨਮੂਨੇ ਪੰਜਾਬ ਦੀ ਲੋਕ ਕਲਾ ਦੀ ਅਮੀਰ ਹੋਣ ਦੀ ਨਿਸ਼ਾਨੀ ਨੇ ਅਜੋਕੇ ਸਮੇਂ ਦੇ ਵਿੱਚ ਹੋਈਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਜੀ ਇਹ ਕੰਮ ਹੁਣ ਮਸ਼ੀਨਾਂ ਦੇ ਰਾਹੀਂ ਹੋਣ ਲੱਗ ਪਿਆਗਾ ਕਿਉਂਕਿ ਹੁਣ ਲੋੜਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਜੀ ਪੰਜਾਬ ਦੀ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਪੱਖੀਆਂ ਦੇ ਨਮੂਨੇਦਾਰ ਬੁਣਤੀ ਝੋਲਿਆਂ ਰਮਾਲਾਂ ਦੀ ਨਮੂਨੇਦਾਰ ਕਢਾਈ ਆਪਾਂ ਵੇਖ ਸਾਦੇ ਆ ਬਹੁਤ ਹੀ ਵਿਸ਼ੇਸ਼ ਥਾਂ ਰੱਖਦੀ ਆ ਵਰਨੋ ਜੋਗ ਆ ਗਾਚਨੀ ਅਤੇ ਮਲਤਾਨੀ ਦੀ ਮਿੱਟੀ ਵਿੱਚ ਕਾਗਜ਼ ਜਾਂ ਗੱਤਰ ਲਾ ਕੇ ਬਣਾਈ ਜਾਂਦੀ ਸੀ ਜੀ ਬੋਈਏ ਹੁਣ ਇਹਦੇ ਵਿੱਚ ਜੀ ਗਾਚਨੀ ਤੇ ਮਲਤਾਨੀ ਮਿੱਟੀ ਦੇ ਵਿੱਚ ਕਾਗਜ਼ ਰਲਾ ਲੈਂਦੇ ਸੀ ਜਿੱਚ ਹੈ ਗੱਤਰ ਲਾ ਕੇ ਫਿਰ ਕੀ ਬਣਾਏ ਜਾਂਦੇ ਸੀ ਬੋਈਏ ਗੋਟੇ ਪੰਜਾਬ ਦੀ ਲੋਕ ਕਲਾ ਦੇ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੇ ਸੀ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਸਾਂਜੀ ਅਤੇ ਅਹੋਈ ਦੀਆਂ ਜੇਕਰ ਆਪਾਂ ਸਾਂਜੀ ਦੇਵੀ ਦੀ ਗੱਲਬਾਤ ਕਰੀਏ ਜੀ ਆ ਹੋਈ ਦੀਆਂ ਮੂਰਤੀਆਂ ਬਣਾਉਣ ਦਾ ਵਿਸ਼ੇਸ਼ ਮਹੱਤਵ ਤਾਂ ਹੈਗੀ ਆ ਨਵਰਾਤਿਆਂ ਦੇ ਆਉਣ ਤੇ ਜ ਕੁਝ ਦਿਨ ਪਹਿਲਾਂ ਕੁੜੀਆਂ ਗਿੱਲੀ ਮਿੱਟੀ ਦੇ ਨਾਲ ਟਿੱਕੀਆਂ ਰੰਗ ਕੇ ਗਿੱਲੀ ਮਿੱਟੀ ਦੀਆਂ ਟਿੱਕੀਆਂ ਰੰਗ ਕੇ ਰੱਖਦੀਆਂ ਸਨ ਜੀ ਪਹਿਲੇ ਨਰਾਤੇ ਵਾਲੇ ਦਿਨ ਇਹਨਾਂ ਟਿੱਕੀਆਂ ਨੂੰ ਖੰਧ ਉੱਤੇ ਗੋਹੇ ਦੇ ਨਾਲ ਸਾਂਜੀ ਮਾਈ ਕੋਈ ਬਰੋਟੇ ਦੇ ਉੱਪਰ ਮੂਰਤੀ ਬਣਾ ਕੇ ਮਿੱਟੀ ਦੀਆਂ ਟਿੱਕੀਆਂ ਜਰ ਦਿੱਤੀਆਂ ਜਾਂਦੀਆਂ ਸੀ ਖਾਸ ਤੌਰ ਤੇ ਨੋਟ ਕਰ ਲਿਓ ਸੀ ਫਿਰ ਕੁੜੀਆਂ ਜੀ ਆਥਣ ਵੇਲੇ ਸਾਂਜੀ ਦੇਵੀ ਦੇ ਅੱਗੇ ਹਰ ਰੋਜ਼ ਦੀਵੇ ਜਗਾ ਕੇ ਗੀਤ ਗਾਉਂਦੀਆਂ ਸੀ ਮੱਥਾ ਟੇਕਦੀਆਂ ਸੀ ਦਸਵੀਂ ਵਾਲੇ ਦਿਨ ਦਸਹਰੇ ਵਾਲੇ ਦਿਨ ਕੰਧ ਤੇ ਬਣਾਈ ਹੋਈ ਮੂਰਤੀ ਉਤਾਰ ਕੇ ਜੀ ਖੇਤਰੀ ਪਾਣੀ ਦੇ ਵਿੱਚ ਰੋੜ ਦਿੱਤੀ ਜਾਂਦੀ ਸੀ ਇਹ ਨੋਟ ਕਰ ਲੈਣਾ ਸੀ ਇਵੇਂ ਹੀ ਇਸਤਰੀਆਂ ਜਿੱਥੇ ਸਤੀਰਾ ਕੜੀਆਂ ਥੱਲੇ ਜੀ ਕੰਧਾਂ ਉੱਤੇ ਨੀਲ ਇਸ ਤਰ੍ਹਾਂ ਦੀਆਂ ਹੋਰ ਪੀਲੀ ਮਿੱਟੀ ਕਾਲਖ ਹਰਮਸੀ ਕਈ ਪ੍ਰਕਾਰ ਦੇ ਨਮੂਨੇ ਵਾਉਂਦੀਆਂ ਸੀ ਜੀ ਇਹ ਖਾਸ ਤੌਰ ਤੇ ਨੋਟ ਕਰਿਓ ਦੇਖਦੇ ਹਾਂ ਕਿ ਕਤਕ ਦੇ ਮਹੀਨੇ ਵਿੱਚ ਆ ਹੋਈ ਮਾਤਾ ਦੀ ਮੂਰਤੀ ਕੰਧ ਦੇ ਉੱਪਰ ਅਲਿਖਦੀਆਂ ਸੀ ਇਸ ਮੂਰਤੀ ਨੂੰ ਜੀ ਕਈ ਪ੍ਰਕਾਰ ਦੇ ਇਸ ਤਰ੍ਹਾਂ ਸਜਾਇਆ ਜਾਂਦਾ ਸੀ ਪੰਜਾਬ ਵਿੱਚ ਲੋਕ ਕਲਾਵਾਂ ਦੇ ਅਨੇਕ ਰੂਪ ਵੇਖੇ ਜਾ ਸਕਦੇ ਆ ਲੋਕ ਕਲਾਵਾਂ ਦੇ ਅਨੇਕ ਰੂਪ ਵੇਖੇ ਜਾ ਸਕਦੇ ਆ ਜਿਨ੍ਹਾਂ ਨੂੰ ਪੀੜੀ ਨਵੀਂ ਪੀੜੀ ਜੀ ਆਪਣੀ ਪੁਰਾਣੀ ਪੀੜੀ ਤੋਂ ਸਿੱਖ ਕੇ ਜੀਵਤ ਰੱਖਦੀ ਆ ਜੀ ਪੰਜਾਬ ਵਿੱਚ ਲੋਕ ਕਲਾਵਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਵਧੀ ਵਰਤੋਂ ਦੇ ਵਿੱਚ ਆਉਣ ਵਾਲੀ ਸਮਗਰੀ ਹੈ ਜਿਹੜੀ ਜੁਗਿਰਦੇ ਦੇ ਵਿੱਚੋਂ ਵਾਤਾਵਰਣ ਦੇ ਵਿੱਚੋਂ ਆਮ ਹੀ ਸੌਖੇ ਹੀ ਪ੍ਰਾਪਤ ਹੋ ਜਾਂਦੀ ਹੈ ਭਾਵੇਂ ਉਹ ਸ਼ਿੱਕੂ ਕਤਣੀ ਆਦ ਹੋਣ ਖਜੂਰ ਦੇ ਪੱਤਰ ਹੋਣ ਜੀ ਚਾਹੇ ਦੱਬ ਹੋਵੇ ਕਾਹ ਹੋਵੇ ਜੀ ਪਾੰਡੂ ਮਿੱਟੀ ਹੋਵੇ ਨੀਲ ਹੋਵੇ ਜੀ ਇਹ ਸਦਰਾ ਦੀਆਂ ਚੀਜ਼ਾਂ ਨੇ ਜਿਹੜੀਆਂ ਆਮ ਹੀ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਇਹ ਸਧਾਰਨ ਵਸਤਾਂ ਜੀ ਜਦੋਂ ਕਿਸੇ ਲੋਕ ਕਲਾ ਦੇ ਵਿੱਚ ਬਨਗੀ ਦੇ ਵਿੱਚ ਢਲਕੇ ਪੇਸ਼ ਹੁੰਦੀਆਂ ਹਨ ਤੇ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਗੌਰਵ ਪ੍ਰਦਾਨ ਕਰਦੀਆਂ ਨੇ ਉਹਨਾਂ ਲੋਕ ਕਲਾਵਾਂ ਦੇ ਗੌਰਵ ਦਾ ਆਪਾਂ ਨੂੰ ਪਤਾ ਚੱਲਦਾਗਾ ਜੀ ਧੰਨਵਾਦ ਜੀ ਵੀਡੀਓ ਵੇਖਣ ਦੇ ਲਈ ਜੋ ਆਪਣੀਆਂ ਮਾਸਟਰ ਕੈਟਰ ਪੰਜਾਬੀ ਤੇ ਮਾਸਟਰ ਕੈਟਰ ਹਿਸਟਰੀ ਦੀਆਂ ਕਲਾਸਾਂ ਚੱਲ ਰਹੀਆਂ ਨੇ ਜੀ ਉਹਨਾਂ ਨਾਲ ਜੁੜਨ ਲਈ ਤੇ ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੈਟ ਦੀਆਂ ਕਲਾਸਾਂ ਨਾਲ ਸੰਬੰਧ ਤੁਹਾਨੂੰ ਥੋੜੀ-ਬਹੁਤੀ ਜਾਣਕਾਰੀ ਦੇਵਾਂਗੇ ਜੀ ਜੇ ਕਰਤਾ ਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਨਾ ਜੀ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਤੇ ਸਾਨੂੰ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ